ਕਈ ਵਾਰੀ ਖੁੰਖਾਰ ਦਰਿੰਦਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਮਾੜਾ ਵੀ ਬਣਾਉਣਾ ਪੈ ਜਾਂਦਾ ਹੈ। ਦੋਸਤੋ ਇਹ ਕਹਾਣੀ ਜ਼ਰੂਰ ਸੁਣਿਓ। ਸਾਰੇ ਪਿੰਡ ਵਿੱਚ ਇਹ ਰੌਲਾ ਪੈ ਗਿਆ ਕਿ ਇਸ ਕੁੜੀ ਨੂੰ ਏਡਸ ਦੀ ਬਿਮਾਰੀ ਹੈ ਅਤੇ ਉਹਦਾ ਪਤੀ 25 ਸਾਲ ਦੀ ਉਮਰ ਵਿੱਚ ਕਿਸੇ ਅਜੀਬ ਜਿਹੀ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਿਆ ਸੀ। ਹੁਣ ਇਹ ਕੁੜੀ ਸਰਕਾਰੀ ਪੈਨਸ਼ਨ ਦੇ ਆਸਰੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਇਸ ਦੀ ਬਿਮਾਰੀ ਕਰਕੇ ਸਮਾਜ ਵਾਲੇ ਉਸ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਸੀ ਅਤੇ ਕੋਈ ਉਸਦੇ ਘਰ ਤੱਕ ਨਹੀਂ ਸੀ ਆਉਂਦਾ। ਕਰੀਬ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਬਾਰੇ ਜਾਣਕਾਰੀ ਮਿਲਣ ਦੇ ਇੱਕ ਕਰਮਚਾਰੀ ਜੋ ਕਿ ਏਡਸ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਵਾਲੀ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੀ ਸੀ, ਉਹ ਉਸ ਨੂੰ ਜ਼ੋਰ ਜ਼ਬਰਦਸਤੀ ਨਾਲ ਕਿਸੇ ਬਹਾਨੇ ਸਮਝਾ ਬੁਝਾ ਕੇ ਉਹਦੀ ਜਾਂਚ ਕਰਵਾਉਣ ਲਈ ਨਾਲ ਲੈ ਗਈ ਵੀ ਇੱਕ ਵਾਰ ਜਾਂਚ ਤਾਂ ਕਰਵਾ ਕੇ ਦੇਖੀਏ। ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਡਾਕਟਰ ਨੇ ਜਦ ਉਸ ਨੂੰ ਪੁੱਛਿਆ ਕਿ ਤੂੰ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਰਹੀ ਹੈ ਜਾਂ ਤੈਨੂੰ ਕੋਈ ਬਿਮਾਰੀ ਹੀ ਨਹੀਂ ਹੈ, ਤਾਂ ਉਸ ਕੁੜੀ ਨੇ ਦੋਵੇਂ ਹੱਥ ਜੋੜ ਦਿੱਤੇ ਅਤੇ ਡਾਕਟਰ ਨੂੰ ਕਹਿਣ ਲੱਗੀ, ਕਿਰਪਾ ਕਰਕੇ ਇਹ ਗੱਲ ਕਿਸੇ ਨੂੰ ਨਾ ਦੱਸਿਓ। ਇੱਕ ਜਵਾਨ ਵਿਧਵਾ ਔਰਤ ਨੇ ਸਿਰਫ ਇਸੇ ਅਫਵਾਹ ਤੇ ਸਮਾਜ 'ਚ ਰਹਿੰਦੇ ਖੁੰਖਾਰ ਦਰਿੰਦਿਆਂ ਤੋਂ ਆਪਣੀ ਇੱਜ਼ਤ ਬਚਾਈ ਹੈ। ਤੁਹਾਨੂੰ ਰੱਬ ਦਾ ਵਾਸਤਾ, ਕਿਰਪਾ ਕਰਕੇ ਮੇਰਾ ਇਹ ਸੁਰੱਖਿਆ ਕਵਚ ਮੇਥੋਂ ਨਾ ਖੋਣਾ। ਮੈਂ ਇਸੇ ਵਿੱਚ ਖੁਸ਼ ਹਾਂ ਤੇ ਸੁਰੱਖਿਅਤ ਵੀ ਹਾਂ। ਦੋਸਤੋ ਇਸ ਸਾਰੀ ਕਹਾਣੀ ਸੁਣਨ ਤੋਂ ਬਾਅਦ ਸੋਚ ਸਮਝ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਕਈ ਵਾਰੀ ਖੁੰਖਾਰ ਦਰਿੰਦਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਮਾੜਾ ਵੀ ਬਣਾਉਣਾ ਪੈ ਜਾਂਦਾ ਹੈ। ਦੋਸਤੋ ਇਹ ਕਹਾਣੀ ਜ਼ਰੂਰ ਸੁਣਿਓ। ਸਾਰੇ ਪਿੰਡ ਵਿੱਚ ਇਹ ਰੌਲਾ ਪੈ ਗਿਆ ਕਿ ਇਸ ਕੁੜੀ ਨੂੰ ਏਡਸ ਦੀ ਬਿਮਾਰੀ ਹੈ ਅਤੇ ਉਹਦਾ ਪਤੀ 25 ਸਾਲ ਦੀ ਉਮਰ ਵਿੱਚ ਕਿਸੇ ਅਜੀਬ ਜਿਹੀ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਿਆ ਸੀ। ਹੁਣ ਇਹ ਕੁੜੀ ਸਰਕਾਰੀ ਪੈਨਸ਼ਨ ਦੇ ਆਸਰੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਇਸ ਦੀ ਬਿਮਾਰੀ ਕਰਕੇ ਸਮਾਜ ਵਾਲੇ ਉਸ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਸੀ ਅਤੇ ਕੋਈ ਉਸਦੇ ਘਰ ਤੱਕ ਨਹੀਂ ਸੀ ਆਉਂਦਾ। ਕਰੀਬ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਬਾਰੇ ਜਾਣਕਾਰੀ ਮਿਲਣ ਦੇ ਇੱਕ ਕਰਮਚਾਰੀ ਜੋ ਕਿ ਏਡਸ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਵਾਲੀ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੀ ਸੀ, ਉਹ ਉਸ ਨੂੰ ਜ਼ੋਰ ਜ਼ਬਰਦਸਤੀ ਨਾਲ ਕਿਸੇ ਬਹਾਨੇ ਸਮਝਾ ਬੁਝਾ ਕੇ ਉਹਦੀ ਜਾਂਚ ਕਰਵਾਉਣ ਲਈ ਨਾਲ ਲੈ ਗਈ ਵੀ ਇੱਕ ਵਾਰ ਜਾਂਚ ਤਾਂ ਕਰਵਾ ਕੇ ਦੇਖੀਏ। ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਡਾਕਟਰ ਨੇ ਜਦ ਉਸ ਨੂੰ ਪੁੱਛਿਆ ਕਿ ਤੂੰ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਰਹੀ ਹੈ ਜਾਂ ਤੈਨੂੰ ਕੋਈ ਬਿਮਾਰੀ ਹੀ ਨਹੀਂ ਹੈ, ਤਾਂ ਉਸ ਕੁੜੀ ਨੇ ਦੋਵੇਂ ਹੱਥ ਜੋੜ ਦਿੱਤੇ ਅਤੇ ਡਾਕਟਰ ਨੂੰ ਕਹਿਣ ਲੱਗੀ, ਕਿਰਪਾ ਕਰਕੇ ਇਹ ਗੱਲ ਕਿਸੇ ਨੂੰ ਨਾ ਦੱਸਿਓ। ਇੱਕ ਜਵਾਨ ਵਿਧਵਾ ਔਰਤ ਨੇ ਸਿਰਫ ਇਸੇ ਅਫਵਾਹ ਤੇ ਸਮਾਜ 'ਚ ਰਹਿੰਦੇ ਖੁੰਖਾਰ ਦਰਿੰਦਿਆਂ ਤੋਂ ਆਪਣੀ ਇੱਜ਼ਤ ਬਚਾਈ ਹੈ। ਤੁਹਾਨੂੰ ਰੱਬ ਦਾ ਵਾਸਤਾ, ਕਿਰਪਾ ਕਰਕੇ ਮੇਰਾ ਇਹ ਸੁਰੱਖਿਆ ਕਵਚ ਮੇਥੋਂ ਨਾ ਖੋਣਾ। ਮੈਂ ਇਸੇ ਵਿੱਚ ਖੁਸ਼ ਹਾਂ ਤੇ ਸੁਰੱਖਿਅਤ ਵੀ ਹਾਂ। ਦੋਸਤੋ ਇਸ ਸਾਰੀ ਕਹਾਣੀ ਸੁਣਨ ਤੋਂ ਬਾਅਦ ਸੋਚ ਸਮਝ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਕਈ ਵਾਰੀ ਖੁੰਖਾਰ ਦਰਿੰਦਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਮਾੜਾ ਵੀ ਬਣਾਉਣਾ ਪੈ ਜਾਂਦਾ ਹੈ। ਦੋਸਤੋ ਇਹ ਕਹਾਣੀ ਜ਼ਰੂਰ ਸੁਣਿਓ। ਸਾਰੇ ਪਿੰਡ ਵਿੱਚ ਇਹ ਰੌਲਾ ਪੈ ਗਿਆ ਕਿ ਇਸ ਕੁੜੀ ਨੂੰ ਏਡਸ ਦੀ ਬਿਮਾਰੀ ਹੈ ਅਤੇ ਉਹਦਾ ਪਤੀ 25 ਸਾਲ ਦੀ ਉਮਰ ਵਿੱਚ ਕਿਸੇ ਅਜੀਬ ਜਿਹੀ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਿਆ ਸੀ। ਹੁਣ ਇਹ ਕੁੜੀ ਸਰਕਾਰੀ ਪੈਨਸ਼ਨ ਦੇ ਆਸਰੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਇਸ ਦੀ ਬਿਮਾਰੀ ਕਰਕੇ ਸਮਾਜ ਵਾਲੇ ਉਸ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਸੀ ਅਤੇ ਕੋਈ ਉਸਦੇ ਘਰ ਤੱਕ ਨਹੀਂ ਸੀ ਆਉਂਦਾ। ਕਰੀਬ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਬਾਰੇ ਜਾਣਕਾਰੀ ਮਿਲਣ ਦੇ ਇੱਕ ਕਰਮਚਾਰੀ ਜੋ ਕਿ ਏਡਸ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਵਾਲੀ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੀ ਸੀ, ਉਹ ਉਸ ਨੂੰ ਜ਼ੋਰ ਜ਼ਬਰਦਸਤੀ ਨਾਲ ਕਿਸੇ ਬਹਾਨੇ ਸਮਝਾ ਬੁਝਾ ਕੇ ਉਹਦੀ ਜਾਂਚ ਕਰਵਾਉਣ ਲਈ ਨਾਲ ਲੈ ਗਈ ਵੀ ਇੱਕ ਵਾਰ ਜਾਂਚ ਤਾਂ ਕਰਵਾ ਕੇ ਦੇਖੀਏ। ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਡਾਕਟਰ ਨੇ ਜਦ ਉਸ ਨੂੰ ਪੁੱਛਿਆ ਕਿ ਤੂੰ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਰਹੀ ਹੈ ਜਾਂ ਤੈਨੂੰ ਕੋਈ ਬਿਮਾਰੀ ਹੀ ਨਹੀਂ ਹੈ, ਤਾਂ ਉਸ ਕੁੜੀ ਨੇ ਦੋਵੇਂ ਹੱਥ ਜੋੜ ਦਿੱਤੇ ਅਤੇ ਡਾਕਟਰ ਨੂੰ ਕਹਿਣ ਲੱਗੀ, ਕਿਰਪਾ ਕਰਕੇ ਇਹ ਗੱਲ ਕਿਸੇ ਨੂੰ ਨਾ ਦੱਸਿਓ। ਇੱਕ ਜਵਾਨ ਵਿਧਵਾ ਔਰਤ ਨੇ ਸਿਰਫ ਇਸੇ ਅਫਵਾਹ ਤੇ ਸਮਾਜ 'ਚ ਰਹਿੰਦੇ ਖੁੰਖਾਰ ਦਰਿੰਦਿਆਂ ਤੋਂ ਆਪਣੀ ਇੱਜ਼ਤ ਬਚਾਈ ਹੈ। ਤੁਹਾਨੂੰ ਰੱਬ ਦਾ ਵਾਸਤਾ, ਕਿਰਪਾ ਕਰਕੇ ਮੇਰਾ ਇਹ ਸੁਰੱਖਿਆ ਕਵਚ ਮੇਥੋਂ ਨਾ ਖੋਣਾ। ਮੈਂ ਇਸੇ ਵਿੱਚ ਖੁਸ਼ ਹਾਂ ਤੇ ਸੁਰੱਖਿਅਤ ਵੀ ਹਾਂ। ਦੋਸਤੋ ਇਸ ਸਾਰੀ ਕਹਾਣੀ ਸੁਣਨ ਤੋਂ ਬਾਅਦ ਸੋਚ ਸਮਝ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।